ਖਾਲਸਾ ਜੀ, ਅੱਜ ਅਸੀਂ ਜਿਹੜੀ ਗੱਲ ਕਰਨ ਲੱਗੇ ਹਾਂ ਉਹ ਗੱਲ ਚਰਚਾ ਦੇ ਵਿੱਚ ਤਾਂ ਲਗਾਤਾਰ ਬਣੀ ਰਹਿੰਦੀ ਹੈ। ਬਹੁਤ ਸਾਰੇ ਸਾਡੇ ਸਾਥੀ ਜਿਹੜੇ ਹੈ ਉਹ ਇਸ ਗੱਲ ਦੀ ਚਰਚਾ ਵੀ ਕਰਦੇ ਰਹਿੰਦੇ ਆ, ਪਰ ਸਾਨੂੰ ਸਾਰਿਆਂ ਨੂੰ ਹੀ ਲੱਗਦਾ ਕਿਤੇ ਨਾ ਕਿਤੇ ਕਿ ਇਸ ਗੱਲ ਦੇ ਉੱਤੇ ਜਿੰਨਾ ਵਿਚਾਰ ਹੋਣਾ ਚਾਹੀਦਾ ਉਹ ਵਿਚਾਰ ਨਹੀਂ ਹੋ ਰਿਹਾ। ਅਸੀਂ ਗੱਲ ਇਹ ਕਰਨ ਲੱਗੇ ਹਾਂ ਕਿ ਅੱਜ ਅਸੀਂ ਜਦੋਂ ਸਿੱਖ ਧਰਮ ਦੀ ਗੱਲ ਕਰਦੇ ਹਾਂ, ਸਿੱਖ ਕੌਮ ਦੀ ਗੱਲ ਕਰਦੇ ਹਾਂ, ਤਾਂ ਉੱਥੇ ਗੱਲ ਆ ਜਾਂਦੀ ਹੈ ਪ੍ਰਚਾਰ ਦੀ। ਤਾਂ ਹੁਣ ਅੱਜ ਦੇ ਸਮੇਂ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਸਾਡੇ ਕੋਲ ਪ੍ਰਚਾਰਕਾਂ ਦੀ ਇੱਕ ਬਹੁਤ ਵੱਡੀ ਫੌਜ ਦੇਖਣ 'ਚ ਨਜ਼ਰ ਆਉਂਦੀ ਹੈ। ਗਿਣਤੀ ਦੇ ਪੱਖੋਂ ਅਸੀਂ ਇਹ ਗੱਲ ਨਹੀਂ ਕਹਿ ਸਕਦੇ ਕਿ ਸਾਡੇ ਕੋਲ ਪ੍ਰਚਾਰਕਾਂ ਦੀ ਘਾਟ ਹੈ, ਪਰ ਦੂਜੇ ਪਾਸੇ ਜਦੋਂ ਅਸੀਂ ਸਾਰੇ ਸਿਸਟਮ ਦੇ ਉੱਤੇ ਨਜ਼ਰ ਮਾਰਦੇ ਹਾਂ ਤਾਂ ਸਾਨੂੰ ਕਿਤੇ ਨਾ ਕਿਤੇ ਇਹ ਘਾਟ ਮਹਿਸੂਸ ਹੁੰਦੀ ਹੈ ਕਿ ਪ੍ਰਚਾਰਕ ਤਾਂ ਬੇਗਿਣਤ ਸਾਡੇ ਕੋਲ ਹੈਗੇ ਆ, ਪਰ ਜਿਸ ਤਰ੍ਹਾਂ ਦਾ ਪ੍ਰਚਾਰ ਗੁਰੂ ਸਾਹਿਬਾਨ ਦੀ ਬਾਣੀ ਦਾ, ਸਿੱਖ ਧਰਮ ਦੇ ਅਸੂਲਾਂ ਦਾ, ਸਿੱਖੀ ਦੇ ਨਾਲ ਜੁੜੀਆਂ ਰਵਾਇਤਾਂ ਦਾ, ਉਹ ਸਾਰੇ ਸਿਸਟਮ ਦਾ ਜਿਸ ਤਰ੍ਹਾਂ ਦਾ ਪ੍ਰਚਾਰ ਅੱਗੇ ਵਧਣਾ ਚਾਹੀਦਾ ਸੀ ਉਹਦੇ 'ਚ ਕਿਤੇ ਨਾ ਕਿਤੇ ਕਮੀਆਂ ਵੱਧਦੀਆਂ ਤੁਰੀਆਂ ਜਾ ਰਹੀਆਂ ਨੇ, ਉਹ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਖੜੋਤ ਆਉਂਦੀ ਹੋਈ ਨਜ਼ਰ ਆ ਰਹੀ ਹੈ। ਉਸ ਦੇ ਕਾਰਨ ਕੀ ਨੇ? ਮੇਰੇ ਵਰਗੇ ਬੰਦੇ ਜਿਹੜੇ ਕਿ ਇਹ ਸਾਰੇ ਮਾਮਲਿਆਂ ਤੋਂ ਕਈ ਵਾਰੀ ਦੁਖੀ ਵੀ ਮਹਿਸੂਸ ਕਰਦੇ ਆ, ਤਾਂ ਉਹਦੇ ਕਾਰਨ ਜਿਹੜੇ ਮੈਨੂੰ ਖਾਲਸਾ ਜੀ ਨਜ਼ਰ ਆ ਰਹੇ ਆ, ਮੈਂ ਉਹ ਤੁਹਾਡੇ ਨਾਲ ਸਾਂਝੇ ਕਰਨੇ ਆ। ਮੇਰੀ ਨਜ਼ਰ ਦੇ ਵਿੱਚ ਇਹ ਹੈ ਕਿ ਜਿਹੜੇ ਸਾਡੇ ਪ੍ਰਚਾਰਕ ਹੈ ਉਹ ਜਿੱਥੋਂ ਤਿਆਰ ਹੁੰਦੇ ਆ, ਉਹ ਜਿੱਥੋਂ ਤਿਆਰ ਹੋ ਕੇ ਸਮਾਜ ਦੇ ਵਿੱਚ ਸੰਗਤ ਦੇ ਵਿੱਚ ਜਾਂਦੇ ਆ, ਤਾਂ ਉਹਨਾਂ ਦੇ ਉੱਤੇ ਤਿਆਰ ਕਰਨ ਵਾਲੀ ਜਿਹੜੀ ਸੰਸਥਾ ਹੈ ਉਹਦਾ ਪ੍ਰਭਾਵ ਉਵੇਂ ਦਾ ਉਵੇਂ ਹੀ ਬਣਿਆ ਰਹਿੰਦਾ। ਉਹ ਨਰੋਲ ਇਸ ਗੱਲ 'ਤੇ ਆ ਕੇ ਪ੍ਰਚਾਰ ਦੇ ਨਾਲ ਨਹੀਂ ਜੁੜਦੇ ਕਿ ਅਸੀਂ ਗੁਰੂ ਸਾਹਿਬਾਨ ਦੇ ਮਿਸ਼ਨ ਨੂੰ ਅੱਗੇ ਵਧਾਉਣਾ, ਅਸੀਂ ਸੰਗਤ ਦੀ ਬਿਹਤਰੀ ਲਈ ਕੰਮ ਕਰਨਾ, ਅਸੀਂ ਕੌਮ ਦੀ ਬਿਹਤਰੀ ਲਈ ਕੰਮ ਕਰਨਾ, ਅਸੀਂ ਧਰਮ ਦੇ ਵਿੱਚ ਜੋ ਵੀ ਸਮੇਂ ਦੇ ਮੁਤਾਬਕ ਕਮੀਆਂ ਆ ਰਹੀਆਂ ਨੇ ਉਹਨਾਂ ਕਮੀਆਂ ਨੂੰ ਦੂਰ ਕਰਨ ਦੀ ਗੱਲ ਕਰਨੀ। ਉਹ ਸਾਰਾ ਕੁਝ ਜਿਹੜਾ ਇਮਾਨਦਾਰੀ ਦੇ ਨਾਲ ਸੁਚੱਜੇ ਢੰਗ ਨਾਲ ਅੱਗੇ ਵਧਣਾ ਚਾਹੀਦਾ ਉਹ ਨਹੀਂ ਹੋ ਰਿਹਾ। ਕਾਰਨ ਕੀ ਹੈ? ਮੇਰੇ ਵਰਗੇ ਬੰਦਿਆਂ ਦੇ ਮੁਤਾਬਕ ਕਾਰਨ ਇਹ ਹੈ ਕਿ ਸਾਡੇ ਪ੍ਰਚਾਰਕ ਗਰੁੱਪਾਂ ਦੇ ਵਿੱਚ ਵੰਡੇ ਹੋਏ ਆ। ਕੋਈ ਕਹਿੰਦਾ ਅਸੀਂ ਟਕਸਾਲੀ ਹਾਂ, ਕੋਈ ਕਹਿੰਦਾ ਅਸੀਂ ਮਿਸ਼ਨਰੀ ਹਾਂ, ਕੋਈ ਕਹਿੰਦਾ ਅਸੀਂ ਸੰਤ ਸਮਾਜ ਵਾਲੇ ਹਾਂ, ਕੋਈ ਕਹਿੰਦਾ ਅਸੀਂ ਨਾਨਕਸਰ ਨਾਲ ਜੁੜੇ ਹੋਏ ਹਾਂ, ਕੋਈ ਕਹਿੰਦਾ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਹੋਏ ਹਾਂ। ਇਸ ਤਰ੍ਹਾਂ ਵੱਖ ਵੱਖ ਜਿਹੜੀਆਂ ਸੰਸਥਾਵਾਂ ਨੇ ਉਹ ਸੰਸਥਾਵਾਂ ਦੇ ਵਿੱਚੋਂ ਨਿਕਲ ਕੇ ਆਉਣ ਵਾਲੇ ਪ੍ਰਚਾਰਕ ਜਿਹੜੇ ਹੈ ਉਹ ਆਪਣੀਆਂ ਸੰਸਥਾਵਾਂ ਦੇ ਜਿਹੜੇ ਕਾਰੋਬਾਰ ਹੈ ਉਹਨਾਂ ਨੂੰ ਵੀ ਨਾਲ ਲੈ ਕੇ ਤੁਰਦੇ ਰਹਿੰਦੇ ਆ, ਜਦੋਂ ਕਿ ਹੋਣਾ ਇਹ ਚਾਹੀਦਾ ਕਿ ਅਸੀਂ ਵਿੱਦਿਆ ਕਿਸੇ ਵੀ ਸੰਸਥਾ ਤੋਂ ਗ੍ਰਹਿਣ ਕਰੀਏ, ਪਰ ਵਿੱਦਿਆ ਗ੍ਰਹਿਣ ਕਰਨ ਤੋਂ ਬਾਅਦ ਅਸੀਂ ਸਮੁੱਚੀ ਕੌਮ ਦੇ ਲਈ ਗੱਲ ਕਰੀਏ, ਅਸੀਂ ਸਮੁੱਚੇ ਸਿਸਟਮ ਨੂੰ ਬਦਲਣ ਦੀ ਗੱਲ ਕਰੀਏ, ਅਸੀਂ ਗੁਰੂ ਸਾਹਿਬਾਨ ਵੱਲੋਂ ਜਿਹੜਾ ਮਿਸ਼ਨ ਸਾਨੂੰ ਸੌਂਪਿਆ ਗਿਆ ਸੀ ਅਸੀਂ ਉਸ ਮਿਸ਼ਨ ਨੂੰ ਅੱਗੇ ਵਧਾਉਣ ਦੀ ਗੱਲ ਕਰੀਏ, ਉਹ ਸਾਰਾ ਕੁਝ ਨਹੀਂ ਹੁੰਦਾ। ਉਹਦਾ ਕਾਰਨ ਕੀ ਹੈ? ਕਾਰਨ ਇਹ ਹੈ ਕਿ ਅਸੀਂ ਵਿਚਾਰਾਂ ਦੇ ਤੌਰ 'ਤੇ ਜਿਹੜੀ ਬਹਿਸ ਹੋਣੀ ਚਾਹੀਦੀ ਹੈ ਉਸ ਬਹਿਸ ਤੋਂ ਲਗਭਗ ਸਾਰੇ ਹੀ ਭੱਜ ਜਾਂਦੇ ਹਾਂ। ਜੇ ਸਾਡੇ ਨਾਲ ਸਾਹਮਣੇ ਬੈਠ ਕੇ ਵਿਚਾਰਾਂ ਦੀ ਗੱਲ ਕਰਨ ਦੀ ਕੋਈ ਬੰਦਾ ਗੱਲ ਕਰਦਾ ਤਾਂ ਅਸੀਂ ਉਸ ਗੱਲ 'ਤੇ ਆਉਣ ਲਈ ਤਿਆਰ ਨਹੀਂ ਹੁੰਦੇ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਅਸੀਂ ਜਦੋਂ ਸਾਨੂੰ ਆਪਣੇ ਜਿਹੜੀ ਧਿਰ ਦੇ ਨਾਲ ਅਸੀਂ ਜੁੜੇ ਹੋਏ ਹਾਂ ਉਸ ਧਿਰ ਦੇ ਖਿਲਾਫ ਜਾਂਦੀ ਹੋਈ ਕੋਈ ਗੱਲ ਨਜ਼ਰ ਆਉਂਦੀ ਹੈ ਤਾਂ ਅਸੀਂ ਬਹਿਸ ਦੇ ਵਿੱਚੋਂ ਕਿਨਾਰਾ ਕਰਨਾ ਜ਼ਿਆਦਾ ਵਧੀਆ ਮੰਨਦੇ ਹਾਂ। ਅਸੀਂ ਵਿਚਾਰਾਂ ਦੇ ਤੌਰ 'ਤੇ ਅੱਗੇ ਵਾਲੀ ਧਿਰ ਨੂੰ ਆਪਦੇ ਨਾਲ ਸਹਿਮਤ ਨਹੀਂ ਕਰ ਪਾਉਂਦੇ, ਤਾਂ ਫਿਰ ਦੂਜੇ ਪਾਸੇ ਨਾ ਹੀ ਅਸੀਂ ਉਸ ਧਿਰ ਦੇ ਨਾਲ ਸਹਿਮਤ ਹੋਣ ਦੀ ਗੱਲ 'ਤੇ ਆਉਂਦੇ ਹਾਂ। ਤਾਂ ਹੁਣ ਗੱਲ ਨੂੰ ਅੱਗੇ ਤਾਂ ਹੀ ਤੋਰਿਆ ਜਾ ਸਕਦਾ ਹੁੰਦਾ ਕਿ ਜਾਂ ਤਾਂ ਮੈਂ ਸਹਿਮਤ ਹੋ ਜਾਂ ਮੈਂ ਸਹਿਮਤ ਕਰ ਲਾਂ। ਹੁਣ ਸਾਡੀ ਕਮਜ਼ੋਰੀ ਕੀ ਹੈ? ਸਾਡੀ ਕਮਜ਼ੋਰੀ ਇਹ ਹੈ ਕਿ ਅਸੀਂ ਨਾ ਤਾਂ ਸਹਿਮਤ ਹੁੰਦੇ ਹਾਂ ਨਾ ਹੀ ਅਸੀਂ ਦੂਜੀ ਧਿਰ ਨੂੰ ਆਪਦੇ ਨਾਲ ਸਹਿਮਤ ਕਰਦੇ ਹਾਂ।
ਖਾਲਸਾ ਜੀ, ਇੱਥੇ ਇੱਕ ਗੱਲ ਹੋਰ ਜਿਹੜੀ ਸਾਡੇ ਪ੍ਰਚਾਰਕਾਂ ਦੇ ਸੰਬੰਧ 'ਚ ਤੁਹਾਡੇ ਨਾਲ ਸਾਂਝੀ ਕਰਨੀ ਬਣਦੀ ਹੈ, ਉਹ ਇਹ ਹੈ ਕਿ ਸਾਡੇ ਕਈ ਸਾਰੇ ਪ੍ਰਚਾਰਕ ਜਿਹੜੇ ਹੈ ਉਹ ਇਸ ਤਰ੍ਹਾਂ ਪ੍ਰਚਾਰ ਕਰਦੇ ਆ ਜਿਵੇਂ ਰਾਜਨੀਤਿਕ ਪਾਰਟੀਆਂ ਇੱਕ ਦੂਜੇ ਦੇ ਨਾਲ ਲੜਾਈ ਲੜਦੀਆਂ ਹੁੰਦੀਆਂ। ਬਹੁਤ ਵਾਰੀ ਇਹ ਦੇਖਣ ਨੂੰ ਮਿਲਿਆ ਕਿ ਉਹਨਾਂ ਪ੍ਰਚਾਰਕਾਂ ਦੇ ਨਾਲ ਜੁੜੇ ਹੋਏ ਸ਼ਰਧਾਲੂਆਂ ਦੇ ਸੋਸ਼ਲ ਮੀਡੀਆ ਦੇ ਉੱਤੇ ਗਰੁੱਪ ਬਣੇ ਹੋਏ ਆ, ਉਹ ਗਰੁੱਪ ਇੱਕ ਦੂਜੇ ਦੇ ਖਿਲਾਫ ਇੰਨਾ ਜ਼ਿਆਦਾ ਗੁੱਬ ਗਹਾਟ ਕੱਢਦੇ ਰਹਿੰਦੇ ਆ, ਉਹਨਾਂ ਦੀ ਸ਼ਬਦਾਵਲੀ ਆ ਜਿਹੜੀ ਇੱਕ ਦੂਜੇ ਦੇ ਖਿਲਾਫ ਉਹ ਇੰਨੀ ਜ਼ਿਆਦਾ ਮੰਦੀ ਹੁੰਦੀ ਹੈ, ਗਲਤ ਵੀ ਹੁੰਦੀ ਹੈ, ਕਿ ਜਦੋਂ ਦੇਖਦੇ ਹਾਂ ਤਾਂ ਸਾਨੂੰ ਇਹ ਨਹੀਂ ਲੱਗਦਾ ਕਿ ਉਹ ਗੁਰੂ ਸਾਹਿਬਾਨ ਦੇ ਮਿਸ਼ਨ ਨਾਲ ਜੁੜ ਕੇ ਅੱਗੇ ਵਧਣ ਦੀ ਗੱਲ ਚੱਲ ਰਹੀ ਹੈ, ਜਾਂ ਸਿੱਖੀ ਸਿਧਾਂਤਾਂ ਦੀ ਗੱਲ ਚੱਲ ਰਹੀ ਹੈ, ਜਾਂ ਕੌਮ ਦੀ ਬਿਹਤਰੀ ਦੀ ਗੱਲ ਚੱਲ ਰਹੀ ਹੈ, ਉਹ ਸਾਰਾ ਕੁਝ ਕਿਤੇ ਨਜ਼ਰ ਨਹੀਂ ਆਉਂਦਾ। ਉਹ ਸਿਰਫ ਇੱਕ ਪਰਸਨਲ ਲੜਾਈ ਲੜਦੇ ਹੋਏ ਨਜ਼ਰ ਆਉਂਦੇ ਆ, ਜਦੋਂ ਕਿ ਪ੍ਰਚਾਰਕਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਇਹ ਹੋਣੀ ਚਾਹੀਦੀ ਹੈ ਕਿ ਉਹਨਾਂ ਨੇ ਸੰਗਤ ਨੂੰ ਗੁਰੂਆਂ ਵੱਲੋਂ ਦਿਖਾਏ ਹੋਏ ਸਿਧਾਂਤਾਂ ਅਤੇ ਮਿਸ਼ਨ ਦੇ ਨਾਲ ਜੋੜਨਾ ਹੁੰਦਾ, ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਉਹਨਾਂ ਨੂੰ ਜੋੜਨਾ ਹੁੰਦਾ। ਉਹ ਸਾਰਾ ਕੁਝ ਪਿੱਛੇ ਰਹਿ ਜਾਂਦਾ ਅਤੇ ਉਹ ਜਿਹੜੇ ਪ੍ਰਚਾਰਕ ਨੇ ਕਿਸੇ ਇੱਕ ਧਿਰ ਦੇ ਵਿੱਚੋਂ, ਅਸੀਂ ਕੋਈ ਜਿਹੜਾ ਕਿਸੇ ਦਾ ਨਾਂ ਨਹੀਂ ਲੈ ਸਕਦੇ, ਸਾਰੇ ਧੜਿਆਂ ਦੇ ਵਿੱਚ ਹੀ ਇਸ ਤਰ੍ਹਾਂ ਦੇ ਜਿਹੜੇ ਗਰੁੱਪ ਨੇ ਪ੍ਰਚਾਰ ਕਰਨ ਵਾਲਿਆਂ ਦੇ, ਉਹਨਾਂ ਸਾਰਿਆਂ ਦੇ ਵਿੱਚ ਹੀ ਇਸ ਤਰ੍ਹਾਂ ਦੇ ਪ੍ਰਚਾਰਕ ਹੈਗੇ ਆ ਜਿਹੜੇ ਇੱਕ ਦੂਜੇ ਦੇ ਨਾਲ ਲੜਾਈ ਲੜਦੇ ਆ। ਤਾਂ ਉਹ ਦੇਸ਼ ਦੇ ਵਿੱਚ ਵੀ, ਵਿਦੇਸ਼ਾਂ ਦੇ ਵਿੱਚ ਵੀ ਜਿਹੜੀ ਸੰਗਤ ਹੈ ਉਹ ਉਹਨਾਂ ਪ੍ਰਚਾਰਕਾਂ ਦੇ ਨਾਲ ਲਗਾਓ ਦੇ ਤਹਿਤ ਉੱਥੇ ਉਹਨਾਂ ਦੇ ਵਿੱਚ ਵੀ ਗਰੁੱਪਬਾਜ਼ੀ ਪੈਦਾ ਹੋ ਜਾਂਦੀ ਹੈ। ਜਦੋਂ ਉਹ ਗਰੁੱਪਬਾਜ਼ੀ ਦੇ ਤਹਿਤ ਗੱਲ ਆਉਂਦੀ ਹੈ ਤਾਂ ਫਿਰ ਗੁਰੂ ਸਾਹਿਬ ਦਾ ਜਿਹੜਾ ਮਿਸ਼ਨ ਹੈ, ਸਿੱਖੀ ਦਾ ਜਿਹੜਾ ਮਿਸ਼ਨ ਹੈ, ਉਹ ਮਿਸ਼ਨ ਪਿੱਛੇ ਰਹਿ ਜਾਂਦਾ ਅਤੇ ਉਹ ਧੜਿਆਂ ਦੀ ਗੱਲ ਜਿਹੜੀ ਆ ਉਹ ਅੱਗੇ ਵਧਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਗਰੁੱਪ ਬਣ ਕੇ ਲੜਾਈ ਲੜਨ ਦੀ ਗੱਲ ਆਉਂਦੀ ਹੈ ਤਾਂ ਫਿਰ ਜਿਵੇਂ ਰਾਜਨੀਤਿਕ ਪਾਰਟੀਆਂ ਇੱਕ ਦੂਜੇ 'ਤੇ ਦੂਸ਼ਣ ਲਾਉਂਦੀਆਂ ਨੇ, ਇੱਕ ਦੂਜੇ ਦੀਆਂ ਕਮੀਆਂ ਸਾਹਮਣੇ ਲੈ ਕੇ ਆਉਂਦੀਆਂ ਨੇ, ਉਹ ਉਸ ਤਰੀਕੇ ਦੇ ਨਾਲ ਪ੍ਰਚਾਰਕਾਂ ਵੱਲੋਂ ਵੀ ਉਹ ਸਾਰੀ ਕਾਰਵਾਈ ਨੂੰ ਅੱਗੇ ਤੋਰਿਆ ਜਾਂਦਾ। ਜਦੋਂ ਕਿ ਹੋਣਾ ਇਹ ਚਾਹੀਦਾ ਕਿ ਜੇਕਰ ਇੱਕ ਪ੍ਰਚਾਰਕ ਕਿਸੇ ਵੇਲੇ ਕੋਈ ਗਲਤ ਗੱਲ ਕਹਿ ਰਿਹਾ ਤਾਂ ਦੂਜਾ ਪ੍ਰਚਾਰਕ ਉਸ ਪ੍ਰਚਾਰਕ ਦੇ ਨਾਲ ਰਾਬਤਾ ਕਾਇਮ ਕਰੇ, ਰਾਬਤਾ ਕਾਇਮ ਕਰਕੇ ਉਸ ਪ੍ਰਚਾਰਕ ਦੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰੇ, ਉਹਨੂੰ ਲੌਜਿਕ ਦੇ ਤਹਿਤ ਇਹ ਗੱਲ ਸਮਝਾਈ ਜਾਵੇ ਕਿ ਖਾਲਸਾ ਜੀ, ਆਹ ਗੱਲ ਜਿਹੜੀ ਤੁਸੀਂ ਸੰਗਤ ਦੇ ਨਾਲ ਸਾਂਝੀ ਕੀਤੀ ਸੀ, ਇਸ ਗੱਲ ਦੇ ਵਿੱਚ ਆਹ ਕਮੀ ਹੈ, ਇਸ ਕਮੀ 'ਤੇ ਤੁਹਾਨੂੰ ਵਿਚਾਰ ਕਰਨਾ ਚਾਹੀਦਾ। ਜੇਕਰ ਤੁਹਾਨੂੰ ਇਹ ਲੱਗਦਾ ਕਿ ਤੁਹਾਡੀ ਗੱਲ ਸਹੀ ਹੈ ਤਾਂ ਆਪਾਂ ਦੋ ਹੋਰ ਜਿਹੜੇ ਬੁੱਧੀਜੀਵੀ ਜਾਂ ਸਿਆਣੇ ਬੰਦੇ ਆ ਆਪਾਂ ਉਹਨਾਂ ਦੇ ਨਾਲ ਰਾਏ ਕਰ ਲੈਂਦੇ ਹਾਂ, ਤਾਂ ਉਸ ਰਾਏ ਦੇ ਵਿੱਚੋਂ ਜਿਹੜੀ ਗੱਲ ਸਾਹਮਣੇ ਆਊਗੀ ਆਪਾਂ ਸੰਗਤ ਦੇ ਨਾਲ ਉਹ ਗੱਲ ਸਾਂਝੀ ਕਰਨੀ ਸ਼ੁਰੂ ਕਰ ਦਿਆਂਗੇ। ਇੱਕ ਗੱਲ ਹੋਰ ਜਿਹੜੀ ਇੱਥੇ ਸੰਗਤ ਦੇ ਸਾਹਮਣੇ ਆਉਣੀ ਚਾਹੀਦੀ ਹੈ ਉਹ ਇਹ ਹੈ ਕਿ ਮੈਂ ਨਿੱਜੀ ਤੌਰ 'ਤੇ ਮੇਰਾ ਜਿਹੜਾ ਤਜਰਬਾ ਰਿਹਾ ਉਹ ਇਹ ਰਿਹਾ ਕਿ ਸਾਡੇ ਜਿਹੜੇ ਕਾਫੀ ਪ੍ਰਚਾਰਕ ਨੇ ਜਿਹੜੇ ਕਿ ਦੂਜੇ ਧਰਮਾਂ ਦੇ ਮਿਥਿਹਾਸ ਨੂੰ ਸੰਗਤ ਦੇ ਨਾਲ ਸਾਂਝਾ ਕਰਦੇ ਆ, ਸੰਗਤ ਦੇ ਵਿੱਚ ਉਸ ਮਿਥਿਹਾਸ ਦੀਆਂ ਗੱਲਾਂ ਕਰਦੇ ਆ, ਉਸ ਮਿਥਿਹਾਸ ਦੇ ਚਮਤਕਾਰਾਂ ਦੀ ਗੱਲ ਕਰਦੇ ਆ, ਉਸ ਮਿਥਿਹਾਸ ਦੇ ਨਾਲ ਜੁੜੀਆਂ ਹੋਈਆਂ ਸਾਖੀਆਂ ਸੁਣਾਈਆਂ ਜਾਂਦੀਆਂ ਨੇ, ਤਾਂ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ, ਮੈਨੂੰ ਇਹ ਲੱਗਦਾ ਕਿ ਸਾਡੇ ਕੋਲ ਤਾਂ ਗੁਰੂ ਸਾਹਿਬਾਨ ਦਾ ਮਿਸ਼ਨ ਹੀ ਇੰਨਾ ਵੱਡਾ ਹੈ, ਸਾਡੇ ਕੋਲ ਸਿੱਖੀ ਨਾਲ ਜੁੜੀਆਂ ਇਤਿਹਾਸ ਦੀਆਂ ਗੱਲਾਂ ਹੀ ਇੰਨੀਆਂ ਜ਼ਿਆਦਾ ਨੇ ਕਿ ਸਾਨੂੰ ਕਿਸੇ ਹੋਰ ਧਰਮ ਦੇ ਮਿਥਿਹਾਸ ਨੂੰ ਅੱਗੇ ਲੈ ਕੇ ਤੁਰਨ ਦੀ ਲੋੜ ਨਹੀਂ ਪੈਣੀ ਚਾਹੀਦੀ। ਸਾਨੂੰ ਜਿਹੜੀ ਗੱਲ ਹੈ ਗੁਰੂ ਸਾਹਿਬ ਦੇ ਮਿਸ਼ਨ ਦੀ, ਗੁਰੂਆਂ ਦੀ ਬਾਣੀ ਦੀ, ਜਿਹੜੇ ਸਿੱਖੀ ਦੇ ਨਾਲ ਜੁੜੇ ਹੋਏ ਸਾਡੇ ਇਤਿਹਾਸ ਦੀ, ਸਾਡੇ ਕੋਲ ਬਹੁਤ ਵੱਡਮੁੱਲਾ ਕੀਮਤੀ ਇਤਿਹਾਸ ਹੈ ਜਿਹੜੇ ਇਤਿਹਾਸ ਨੂੰ ਅਸੀਂ ਅੱਗੇ ਲੈ ਕੇ ਤੁਰ ਸਕਦੇ ਹਾਂ, ਉਹ ਸੰਗਤ ਦੇ ਨਾਲ ਸਾਂਝਾ ਕਰਨਾ ਚਾਹੀਦਾ। ਤਾਂ ਜਿਹੜੇ ਅਸੀਂ ਗੈਰ ਜ਼ਰੂਰੀ ਗੱਲਾਂ ਜਿਹੜੀਆਂ ਮਿਥਿਹਾਸ ਦੀਆਂ ਕਰਦੇ ਹਾਂ ਹੋਰ ਧਰਮਾਂ ਦੀਆਂ, ਉਹ ਸਾਰੀਆਂ ਗੱਲਾਂ ਤੋਂ ਸਾਨੂੰ ਬਚਣਾ ਚਾਹੀਦਾ। ਸਾਡੇ ਪ੍ਰਚਾਰਕਾਂ ਨੂੰ ਇੱਕ ਹੋਰ ਗੱਲ ਜਿਹੜੀ ਹੈ ਇੱਥੇ ਉਹ ਇਹ ਵੀ ਹੈ ਕਿ ਕਈ ਵਾਰੀ ਇਹ ਗੱਲ ਸਾਹਮਣੇ ਆਈ ਹੈ ਕਿ ਸਾਡੇ ਪ੍ਰਚਾਰਕ ਜਿਹੜੀ ਗੱਲ ਅੱਜ ਤੋਂ 2 ਸਾਲ ਪਹਿਲਾਂ ਕਰ ਰਹੇ ਸੀ ਉਹ ਅੱਜ ਜਦੋਂ ਉਹਨਾਂ ਦੇ ਪ੍ਰਚਾਰ ਦੇ ਨਾਲ ਅਸੀਂ ਜੁੜਦੇ ਹਾਂ ਤਾਂ ਸਾਨੂੰ ਇਹ ਲੱਗਦਾ ਕਿ ਜਿਹੜੀ ਗੱਲ ਉਹ 2 ਸਾਲ ਪਹਿਲਾਂ ਕਰ ਰਹੇ ਸੀ ਅੱਜ ਉਸ ਗੱਲ ਦੇ ਬਿਲਕੁਲ ਉਲਟ ਗੱਲ ਕੀਤੀ ਜਾ ਰਹੀ ਹੈ। ਤਾਂ ਜਿਹੜੀ ਸੰਗਤ ਹੈ
ਔਲੀ ਭਾਲੀ ਹੁੰਦੀ ਹੈ। ਸੰਗਤ ਨੇ ਜਿਹੜਾ ਆਗੂ ਸਾਹਮਣੇ ਬੈਠ ਕੇ ਉਹਨਾਂ ਨੂੰ ਕੋਈ ਗੱਲ ਕਹਿ ਰਿਹਾ, ਉਹ ਪ੍ਰਚਾਰਕ ਦੇ ਵਿੱਚ ਉਹਨਾਂ ਦੀ ਸ਼ਰਧਾ ਹੁੰਦੀ ਹੈ, ਉਹ ਉਹਨਾਂ ਨੂੰ ਉੱਚੀ ਪਦਵੀ ਤੇ ਦੇਖਦੀ ਹੈ ਸੰਗਤ, ਤਾਂ ਉਹ ਉਹਨਾਂ ਵੱਲੋਂ ਕਹੀ ਹੋਈ ਗੱਲ ਨੂੰ ਸੱਚ ਦੇ ਕਾਫੀ ਨੇੜੇ ਮੰਨਦੇ ਹੋਏ ਉਹਦੇ ਤੇ ਅਮਲ ਕਰਦੀ ਹੈ ਸੰਗਤ। ਤਾਂ 2 ਸਾਲ ਪਹਿਲਾਂ ਜਿਹੜੀ ਗੱਲ ਕਹੀ ਸੀ, ਜਦੋਂ ਅੱਜ ਉਸ ਦੇ ਬਿਲਕੁਲ ਉਲਟ ਗੱਲ ਕਹੀ ਜਾ ਰਹੀ ਹੁੰਦੀ ਹੈ, ਤਾਂ ਕਈ ਵਾਰੀ ਸੰਗਤ ਦੇ ਵਿੱਚ ਇਸ ਗੱਲ ਦਾ ਬਹੁਤ ਭੰਬਲ ਭੂਸਾ ਪੈਂਦਾ। ਸੰਗਤ ਨੂੰ ਕਈ ਵਾਰੀ ਤਾਂ ਪਿਛਲੀ ਗੱਲ ਨਹੀਂ ਯਾਦ ਹੁੰਦੀ, ਪਰ ਬਹੁਤ ਸਾਰੇ ਸੰਗਤ ਦੇ ਵਿੱਚ ਸ਼ਰਧਾਲੂ ਇਸ ਤਰ੍ਹਾਂ ਦੇ ਵੀ ਹੁੰਦੇ ਆ ਜਿਨ੍ਹਾਂ ਨੂੰ ਪਿਛਲੀ ਗੱਲ ਵੀ ਯਾਦ ਹੁੰਦੀ ਹੈ, ਤਾਂ ਉਹ ਇਹ ਸੋਚਣਾ ਸ਼ੁਰੂ ਕਰ ਦਿੰਦੇ ਆ ਕਿ ਅਸੀਂ 2 ਸਾਲ ਪਹਿਲਾਂ ਜਿਹੜੀ ਸਾਡੇ ਪ੍ਰਚਾਰਕ ਨੇ ਸਾਨੂੰ ਗੱਲ ਕਹੀ ਸੀ ਅਸੀਂ ਉਸ ਗੱਲ ਨੂੰ ਮੰਨੀਏ, ਜਾਂ ਸਾਡਾ ਪ੍ਰਚਾਰਕ ਜਿਹੜੀ ਗੱਲ ਅੱਜ ਕਹਿ ਰਿਹਾ ਅਸੀਂ ਉਸ ਗੱਲ ਨੂੰ ਮੰਨੀਏ। ਤਾਂ ਉਹਦੇ ਨਾਲ ਵੀ ਸੰਗਤ ਦੇ ਵਿੱਚ ਕਾਫੀ ਜਿਹੜੀ ਆ ਭਰਮ ਦੀ ਸਥਿਤੀ ਜਿਹੜੀ ਉਹ ਪੈਦਾ ਹੁੰਦੀ ਹੈ। ਸਾਨੂੰ ਉਸ ਸਾਰੇ ਕਾਸੇ ਤੋਂ ਵੀ ਬਚਣਾ ਚਾਹੀਦਾ। ਇਹ ਸਾਰੇ ਕਾਸੇ ਤੋਂ ਬਚਣ ਦੇ ਲਈ ਕੀ ਕੀਤਾ ਜਾ ਸਕਦਾ? ਬਚਣ ਦੇ ਲਈ ਇਹ ਕੀਤਾ ਜਾ ਸਕਦਾ ਕਿ ਭਾਵੇਂ ਪ੍ਰਚਾਰਕਾਂ ਨੇ ਜਿੱਥੋਂ ਮਰਜ਼ੀ ਵਿੱਦਿਆ ਗ੍ਰਹਿਣ ਕੀਤੀ ਹੋਵੇ ਪ੍ਰਚਾਰ ਕਰਨ ਦੀ, ਉਹਨਾਂ ਨੂੰ ਆਪਣੇ ਨਿੱਜੀ ਜਿਹੜੇ ਮਾਮਲੇ ਆ ਉਹਨਾਂ ਨੂੰ ਪਾਸੇ ਰੱਖਦੇ ਹੋਏ ਗੁਰੂ ਸਾਹਿਬ ਦੇ ਮਿਸ਼ਨ ਦੀ ਗੱਲ ਇੱਕ ਦੂਜੇ ਦੇ ਨਾਲ ਸਾਂਝੀ ਕਰਨੀ ਚਾਹੀਦੀ ਹੈ। ਉਹਨਾਂ ਨੂੰ ਮਹੀਨੇ ਬਾਅਦ, 2 ਮਹੀਨਿਆਂ ਬਾਅਦ ਜਾਂ 6 ਮਹੀਨਿਆਂ ਬਾਅਦ ਕਦੇ ਨਾ ਕਦੇ 10-20 ਜਣਿਆਂ ਨੂੰ ਰਲ ਕੇ ਬੈਠਣ ਦੀ ਆਦਤ ਪਾਉਣੀ ਚਾਹੀਦੀ ਹੈ। ਉੱਥੇ ਰਲ ਕੇ ਜਦੋਂ ਉਹ ਬੈਠਣ, ਉੱਥੇ ਉਹਨਾਂ ਨੂੰ ਆਪਣੀ ਆਪਣੀ ਵਿਚਾਰਧਾਰਾ ਦੇ ਤਹਿਤ ਇੱਕ ਦੂਜੇ ਦੇ ਨਾਲ ਵਿਚਾਰ ਸਾਂਝੇ ਕਰਨੇ ਚਾਹੀਦੇ ਆ। ਜਦੋਂ ਵਿਚਾਰ ਸਾਂਝੇ ਹੋਣਗੇ ਤਾਂ ਫਿਰ ਗਲਤ ਸਹੀ ਦਾ ਜਿਹੜਾ ਨਿਰਣਾ ਉਹ ਕਰਨਾ ਸੌਖਾ ਹੋ ਜਾਂਦਾ। ਗੁਰੂ ਸਾਹਿਬ ਦਾ ਜਿਹੜਾ ਮਿਸ਼ਨ ਸੀ, ਗੁਰੂ ਸਾਹਿਬ ਨੇ ਜਿਹੜਾ ਪਾਵਨ ਪਵਿੱਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਰਾ ਕੁਝ ਦਰਜ ਕੀਤਾ ਹੋਇਆ, ਉਸ ਤੋਂ ਪਾਸੇ ਜਾ ਕੇ ਸਾਨੂੰ ਪ੍ਰਚਾਰ ਕਰਨ ਤੋਂ ਬਚਣਾ ਚਾਹੀਦਾ। ਗੁਰੂਆਂ ਦੇ ਮਿਸ਼ਨ ਦੇ ਤਹਿਤ ਸਾਨੂੰ ਬਾਣੀ ਦੇ ਨਾਲ ਸੰਗਤ ਨੂੰ ਜੋੜਨ ਦੇ ਲਈ ਉਸ ਬਾਣੀ ਦੇ ਉੱਤੇ ਹੀ ਖੋਜ ਕਰਨੀ ਚਾਹੀਦੀ ਹੈ, ਜਿਹੜੀ ਕਿ ਹਜੇ ਬਹੁਤ ਜ਼ਿਆਦਾ ਖੋਜ ਹੋਣੀ ਬਾਕੀ ਹੈ। ਉਸ ਖੋਜ ਦੇ ਮਿਸ਼ਨ ਨੂੰ ਅੱਗੇ ਤੋਰਨਾ ਚਾਹੀਦਾ। ਖੋਜ ਦੇ ਮਿਸ਼ਨ ਨੂੰ ਅੱਗੇ ਤੋਰਦੇ ਹੋਏ ਅਸੀਂ ਇਸ ਗੱਲ 'ਤੇ ਅੱਗੇ ਤੁਰਨ ਦਾ ਜਿਹੜਾ ਨਿਰਣਾ ਕਰੀਏ, ਉਸ ਨਿਰਣੇ ਨੂੰ ਵਿਚਾਰਨ ਤੋਂ ਬਾਅਦ ਅਸੀਂ ਸੰਗਤ ਦੇ ਵਿੱਚ ਪ੍ਰਚਾਰ ਦੇ ਲਈ ਜਾਈਏ, ਸੰਗਤ ਨੂੰ ਗੁਰੂ ਦੇ ਮਿਸ਼ਨ ਦੇ ਪ੍ਰਚਾਰ ਦੇ ਨਾਲ ਜੋੜੀਏ, ਗੁਰੂ ਦੇ ਦੱਸੇ ਰਾਹ 'ਤੇ ਤੁਰਨ ਦੀ ਗੱਲ ਕਹੀਏ, ਸਿੱਖ ਕੌਮ ਦੇ ਭਲੇ ਦੀ ਗੱਲ ਕਰੀਏ, ਸਿੱਖੀ ਨੂੰ ਪੂਰੀ ਦੁਨੀਆ ਦੇ ਵਿੱਚ ਅੱਗੇ ਕਿਵੇਂ ਲੈ ਕੇ ਜਾਇਆ ਜਾ ਸਕਦਾ ਇਸ ਗੱਲ ਦੀ ਗੱਲ ਕਰੀਏ। ਅਸੀਂ ਇੱਧਰ ਉੱਧਰ ਦੀਆਂ ਉਦਾਹਰਨਾਂ ਦੇਣ ਦੀ ਬਜਾਏ ਸਿੱਖੀ ਰਵਾਇਤਾਂ ਦੀ ਜਿਹੜੀ ਗੱਲ ਹੈ ਉਸ ਨੂੰ ਸੰਗਤ ਦੇ ਨਾਲ ਸਾਂਝੀ ਕਰੀਏ। ਸਿੱਖ ਇਤਿਹਾਸ ਕੁਰਬਾਨੀਆਂ ਦੇ ਨਾਲ ਭਰਿਆ ਪਿਆ, ਅਸੀਂ ਉਹਨਾਂ ਕੁਰਬਾਨੀਆਂ ਦੀ ਗੱਲ ਕਰੀਏ। ਸਿੱਖ ਦਾ ਆਚਰਣ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਅਸੀਂ ਉਸ ਗੱਲ ਦੇ ਉੱਤੇ ਪਹਿਰਾ ਦੇਈਏ। ਉਹ ਸਾਰੀਆਂ ਗੱਲਾਂ ਬਾਣੀ, ਬਾਣਾ, ਗੁਰਮਤ ਦੀ ਗੱਲ, ਲੰਗਰ ਦੀ ਪ੍ਰਥਾ, ਇਹ ਸਾਰੀਆਂ ਗੱਲਾਂ ਜਿਹੜੀਆਂ ਗੁਰੂ ਸਾਹਿਬ ਨੇ ਸਾਨੂੰ ਦੱਸੀਆਂ ਸੀ ਉਹਨਾਂ ਗੱਲਾਂ ਨੂੰ ਅਸੀਂ ਅੱਗੇ ਤੋਰੀਏ। ਗੁਰੂ ਨਾਨਕ ਦੇਵ ਜੀ ਦੇ ਮੁਤਾਬਕ ਅਸੀਂ ਨਾਮ ਜਪੀਏ, ਕਿਰਤ ਕਰੀਏ, ਵੰਡ ਕੇ ਛਕੀਏ ਦਾ ਜਿਹੜਾ ਮਿਸ਼ਨ ਹੈ ਉਸ ਨੂੰ ਅੱਗੇ ਤੋਰੀਏ। ਸਿੱਖ ਜਿਹੜਾ ਅੱਜ ਪੂਰੀ ਦੁਨੀਆ ਦੇ ਵਿੱਚ ਆਪਣੇ ਵਿਹਾਰ ਨੂੰ ਜਿਹੜਾ ਅੱਗੇ ਵਧਾਉਂਦੇ ਹੋਏ ਬਹੁਤ ਸਾਰੀਆਂ ਜਿਹੜੀਆਂ ਮੱਲਾਂ ਮਾਰਨ ਦੀ ਗੱਲ ਹੈ ਉਹ ਸਾਹਮਣੇ ਆ ਰਹੀ ਹੈ। ਬਹੁਤ ਸਾਰੀਆਂ ਉਚਾਈਆਂ ਜਿਹੜੀਆਂ ਸਿੱਖਾਂ ਵੱਲੋਂ ਪ੍ਰਾਪਤ ਕੀਤੀਆਂ ਜਾ ਰਹੀਆਂ ਪੂਰੀ ਦੁਨੀਆ ਦੇ ਵਿੱਚ, ਭਾਵੇਂ ਕਿ ਕਈ ਵਾਰੀ ਇੱਕ ਦੂਜੇ ਦੇ ਖਿਲਾਫ ਗੱਲ ਕਰਨ ਦੀ ਗੱਲ ਵੀ ਸਾਹਮਣੇ ਆਉਂਦੀ ਹੈ, ਪਰ ਉਹ ਕੁਛ ਨਾ ਕੁਛ ਬੰਦੇ ਜਿਹੜੇ ਵਿੱਚ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਇੱਕ ਦੂਜੇ ਦੇ ਨਾਲ ਗਲਤ ਵਿਹਾਰ ਵੀ ਕਰਦੇ ਆ, ਪਰ ਉਹ ਸਮੁੱਚੇ ਤੌਰ 'ਤੇ ਜਦੋਂ ਅਸੀਂ ਇਤਿਹਾਸ ਦੇ ਤੌਰ 'ਤੇ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਸਮੁੱਚੇ ਤੌਰ 'ਤੇ ਸਿੱਖ ਕੌਮ ਚੜ੍ਹਦੀ ਕਲਾ ਵੱਲ ਜਾਵੇ, ਸਿੱਖ ਕੌਮ ਜਿਹੜੀ ਹੈ ਉਹ ਪੰਜਾਬ ਦੇ ਲਈ, ਭਾਰਤ ਦੇ ਲਈ, ਪੂਰੀ ਦੁਨੀਆ ਦੇ ਲਈ, ਜਦੋਂ ਅਸੀਂ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਣਵੋ ਦੀ ਗੱਲ ਕਰਦੇ ਹਾਂ, ਅਸੀਂ ਪੂਰੀ ਦੁਨੀਆ ਦੇ ਲਈ ਸੁੱਖ ਦੀ ਗੱਲ ਕਰੀਏ, ਪੂਰੀ ਦੁਨੀਆ ਦੇ ਲਈ ਖੁਸ਼ੀਆਂ ਦੀ ਗੱਲ ਕਰੀਏ, ਉਹ ਸਾਰੇ ਮਿਸ਼ਨ ਨੂੰ ਅੱਗੇ ਵਧਾਉਣ ਦੇ ਲਈ ਜੇ ਸਾਡੇ ਪ੍ਰਚਾਰਕ ਗੱਲ ਨੂੰ ਅੱਗੇ ਤੋਰਦੇ ਆ, ਤਾਂ ਫਿਰ ਜਿਹੜੀ ਗੱਲ ਅੱਜ ਸਾਨੂੰ ਇਹ ਨਜ਼ਰ ਆ ਰਹੀ ਹੈ ਕਿ ਪ੍ਰਚਾਰਕ ਤਾਂ ਬਹੁਤ ਨੇ ਪਰ ਪ੍ਰਚਾਰ ਦੀ ਬਹੁਤ ਘਾਟ ਹੈ, ਤਾਂ ਅਸੀਂ ਉਸ ਪਾੜੇ ਨੂੰ ਭਰਨ ਦੇ ਵਿੱਚ ਕਾਮਯਾਬ ਹੋ ਸਕਦੇ।